ਕਲਕੱਤਾ ਵਿਖੇ ਹੋਏ ਵਰਲਡ ਪੁਲਿਸ ਖੇਡਾਂ 'ਚ ਭਾਰਤ ਨੇ ਗੋਲਡ ਮੈਡਲ ਹਾਸਲ ਕੀਤਾ ਹੈ। ਪੰਜਾਬ ਦੇ ਗੁਰਦਾਸਪੁਰ ਦੀ ਰਹਿਣ ਵਾਲੀ ਰਣਦੀਪ ਕੌਰ ਨੇ ਵਰਲਡ ਪੁਲਿਸ ਖੇਡਾਂ 'ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਪਿੰਡ ਵਾਲਿਆਂ ਨੇ ਰਣਦੀਪ ਦਾ ਸਵਾਗਤ ਕੀਤਾ। ਇਸ ਮੌਕੇ ਤੇ ਰਣਦੀਪ ਨੇ ਕਿਹਾ ਕਿ ਹਰ ਕਿਸੇ ਨੂੰ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ। ਮੈਂ ਰੈਸਲਿੰਗ 2011 'ਚ ਜੁਆਇਨ ਕੀਤੀ ਔਰ ਮੈਂ ਪੁਲਿਸ ਗੇਮਸ ਦੇ 3 ਟੂਰਨਾਮੈਂਟ ਖੇਡੇ। ਪਹਿਲੀ ਵਾਰੀ ਮੇਰਾ ਬ੍ਰੌਂਜ਼ ਮੈਡਲ ਆਇਆ, ਦੂਸਰੀ ਵਾਰੀ ਫਿਰ ਬ੍ਰੌਂਜ਼, ਤੀਸਰੀ ਵਾਰੀ ਗੋਲਡ ਆਇਆ। ਜਦੋਂ ਗੋਲਡ ਆਇਆ ਉਸ ਤੋਂ ਬਾਅਦ ਮੇਰੀ ਵਰਲਡ ਪੁਲਿਸ ਗੇਮਸ ਲਈ ਸਿਲੈਕਸ਼ਨ ਹੋਈ। ਮੈਂ USA ਦੇ ਵਿੱਚ ਵਰਲਡ ਪੁਲਿਸ ਗੇਮਸ ਦੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਘਰ ਆਈ ਹਾਂ। ਮੈਂ ਤਾਂ ਇੰਨਾ ਖੁਸ਼ ਹਾਂ ਦੁਨੀਆ ਤੋਂ ਵੱਧ। ਇੱਕ ਇਹਨੇ ਸਾਡਾ ਪਿੰਡ ਦਾ ਨਾਂ ਰੋਸ਼ਨ ਨਹੀਂ ਕੀਤਾ, ਇਹਨੇ ਹਿੰਦੁਸਤਾਨ ਦਾ ਨਾਂ। 160 ਬੱਚੇ ਗਏ ਜਿਹਦੇ ਵਿੱਚੋਂ ਪਹਿਲਾ ਗੋਲਡ ਮੈਡਲ ਇਹਨੇ ਪਾਇਆ ਝੋਲੀ ਹਿੰਦੁਸਤਾਨ ਦੀ। ਅਤੇ ਬਾਕੀ ਮੈਂ ਤਾਂ ਬਹੁਤ ਮਾਣ ਕਰਦਾ ਭਰਾਵਾਂ ਦਾ, ਸਹਿਯੋਗ ਦਾ, ਸਭ ਨੇ, ਪਿੰਡ ਨੇ, ਇਲਾਕੇ ਨੇ ਸਾਡਾ ਸਹਿਯੋਗ ਦਿੱਤਾ। ਅੰਮ੍ਰਿਤਸਰ 'ਚ ਵੱਧ ਰਹੇ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਕਾਫੀ ਬੁਰਾ ਅਸਰ ਹੋ ਰਿਹਾ ਹੈ। SDPC ਨੇ ਇਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਹੈ। ਪੇਸ਼ ਹੈ ਇੱਕ ਖਾਸ ਰਿਪੋਰਟ। ਪ੍ਰਦੂਸ਼ਣ ਦੀ ਮਾਰ ਨਾਲ ਜਿੱਥੇ ਪੂਰੀ ਦੁਨੀਆ ਹੀ ਪਰੇਸ਼ਾਨ ਹੈ, ਉੱਥੇ ਇਸ ਪ੍ਰਦੂਸ਼ਣ ਦਾ ਅਸਰ ਹੁਣ ਆਸਥਾ ਦੇ ਸਭ ਤੋਂ ਵੱਡੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਵੀ ਪੈਣ ਲੱਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਕੁਝ ਅਜਿਹੇ ਖਾਸ ਯਤਨ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਪ੍ਰਦੂਸ਼ਣ ਦੇ ਅਸਰ ਨੂੰ ਘਟਾਇਆ ਜਾ ਸਕੇ। SDPC ਦੇ ਸੈਕਟਰੀ ਰੂਪ ਸਿੰਘ ਨੇ ਦੱਸਿਆ ਕਿ ਹੁਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਗੁਰਪੁਰਬ ਦੇ ਮੌਕੇ ਤੇ ਅਤੇ ਦੀਵਾਲੀ ਤੇ ਹੋਣ ਵਾਲੀ ਆਤਿਸ਼ਬਾਜ਼ੀ 'ਚ ਫੇਰਬਦਲ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਹੁਣ ਤੋਂ ਬਾਅਦ ਹੋਣ ਵਾਲੀ ਆਤਿਸ਼ਬਾਜ਼ੀ 'ਚ ਆਵਾਜ਼ ਅਤੇ ਰੌਸ਼ਨੀ ਤਾਂ ਹੋਏਗੀ, ਪਰ ਇਸ ਵਿੱਚ ਧੂੰਆਂ ਬਿਲਕੁਲ ਵੀ ਨਹੀਂ ਹੋਏਗਾ। ਇਸ ਦਾ ਸਿੱਧਾ ਅਸਰ ਆਬੋ ਹਵਾ ਤੇ ਪਏਗਾ। ਆਤਿਸ਼ਬਾਜ਼ੀ ਦਾ ਵੀ ਜਿਹੜਾ ਨਾ ਅਸੀਂ ਉਹ ਦੂਸਰਾ ਕਰਤਾ ਵਾ। ਬੰਬੇ ਦੀ ਸੰਗਤ ਜਿਹੜੀ ਆ ਆਤਿਸ਼ਬਾਜ਼ੀ ਕਰਾਉਣ ਲਈ ਸਹਿਮਤ ਹੋ ਗਈ ਆ। ਉਹ ਵੀ ਜਿਹੜੀ ਆ ਅਸੀਂ ਸਮੋਕਲੈਸ ਕਰਨ ਦਾ ਯਤਨ ਕਰ ਰਹੇ ਹਾਂ ਤਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਪਵਿੱਤਰ ਇਮਾਰਤ ਨੂੰ ਅਤੇ ਇਹਦੇ ਵਾਤਾਵਰਨ ਨੂੰ ਕਿਸੇ ਤਰ੍ਹਾਂ ਦੀ ਵੀ ਦੁਰਗੰਧੀ ਨਾ ਮਿਲੇ, ਕਿਸੇ ਤਰ੍ਹਾਂ ਦਾ ਪੋਲੂਸ਼ਨ ਨਾ ਮਿਲੇ, ਉਹ ਵੀ ਅਸੀਂ ਯਤਨ ਕਰ ਰਹੇ ਹਾਂ। SDPC ਦੇ ਸੈਕਟਰੀ ਰੂਪ ਸਿੰਘ ਦੇ ਮੁਤਾਬਕ ਹੁਣ ਵਿਦੇਸ਼ਾਂ 'ਚ ਇਸਤੇਮਾਲ ਹੋਣ ਵਾਲੇ ਤਰੀਕੇ ਨਾਲ ਆਤਿਸ਼ਬਾਜ਼ੀ ਕੀਤੀ ਜਾਏਗੀ। ਉਹਨਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਹੁਣ ਤੱਕ ਇੱਥੇ ਆਤਿਸ਼ਬਾਜ਼ੀ ਹੁੰਦੀ ਆ ਰਹੀ ਹੈ, ਉਸ ਨਾਲ ਕਾਫੀ ਧੂੰਆਂ ਫੈਲ ਜਾਂਦਾ ਸੀ ਅਤੇ ਮੌਜੂਦ ਸੰਗਤਾਂ ਨੂੰ ਸਾਹ ਲੈਣ 'ਚ ਵੀ ਪਰੇਸ਼ਾਨੀ ਆਉਂਦੀ ਸੀ ਤੇ ਇਸ ਨਾਲ ਆਸ-ਪਾਸ ਦੇ ਇਲਾਕੇ ਦੀ ਆਬੋ ਹਵਾ ਤੇ ਵੀ ਅਸਰ ਪੈ ਰਿਹਾ ਸੀ। ਪਟਾਕੇ ਤਾਂ ਪਟਾਕੇ ਹੀ ਹੋਣਗੇ, ਉਹ ਖੜਾਕ ਪੂਰਾ ਹੋਏਗਾ, ਪਰ ਉਹਨਾਂ ਦੀ ਜਿਹੜੀ ਸਮੋਕ ਆ, ਧੂੰਆਂ ਵਾ, ਉਹ ਮਿਨੀਮਾਈਜ਼ ਹੋ ਜਾਂਦਾ ਵਾ। ਇਹ ਜਿਹੜੀ ਟੈਕਨੀਕ ਆ ਵਿਦੇਸ਼ਾਂ ਦੇ ਵਿੱਚ ਤਾਂ ਕਿ ਚੱਲ ਰਹੀ ਆ, ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਵੀ ਇਸ ਵਾਰ ਲਿਆ ਰਹੇ ਹਾਂ। ਪਟਾਕਿਆਂ ਦੇ ਧੂੰਏ ਦੇ ਨਾਲ ਇੱਕ ਤਾਂ ਜਿਹੜੇ ਸਾਹ ਦੇ ਰੋਗੀ ਨੇ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਆ। ਇੱਕ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੋਨਾ ਲੱਗਾ ਹੋਇਆ, ਉਹਨੂੰ ਪੋਲਿਊਸ਼ਨ ਕਰਕੇ ਉਹ ਖਰਾਬ ਹੁੰਦਾ, ਵਾਤਾਵਰਨ ਜਿਹੜਾ ਉਹ ਧੁੰਦਲਾ ਹੁੰਦਾ। ਇਹਨਾਂ ਚੀਜ਼ਾਂ ਤੋਂ ਅਵੋਇਡ ਕਰਨ ਲਈ ਤਾਂ ਕਿ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਵਾਤਾਵਰਨ ਆ ਅਤੇ ਕੁਦਰਤੀ ਵਾਤਾਵਰਨ ਨੂੰ ਮੇਨਟੇਨ ਕੀਤਾ ਜਾ ਸਕੇ। SDPC ਦਾ ਇਹ ਯਤਨ ਵਾਕਈ ਸ਼ਲਾਘਾਯੋਗ ਹੈ। ਇਸ ਦੇ ਨਾਲ ਇੱਕ ਚੰਗੀ ਸ਼ੁਰੂਆਤ ਤਾਂ ਹੋਏਗੀ ਤੇ ਨਾਲ ਹੀ ਨਾਲ ਸੰਗਤਾਂ ਦੀ ਸਿਹਤ ਅਤੇ ਸ਼ਹਿਰ ਦੀ ਆਬੋ ਹਵਾ ਤੇ ਵੀ ਅਸਰ ਨਹੀਂ ਪਏਗਾ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਦੀ ਰਿਪੋਰਟ, MH1 ਨਿਊਜ਼। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਗੋਲਡਨ ਜੁਬਲੀ ਵਰ੍ਹੇਗੰਢ ਦੇ ਮੌਕੇ ਤੇ ਵਿਸ਼ੇਸ਼ ਸਮਾਗਮ ਅੰਮ੍ਰਿਤਸਰ ਵਿਖੇ ਕਰਾਏ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਸਮਾਗਮ ਦੇ ਪ੍ਰਬੰਧਕਾਂ ਨੇ ਮੀਡੀਆ ਨੂੰ ਜਾਣਕਾਰੀ ਦੇਣ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ। ਪੇਸ਼ ਹੈ ਇੱਕ ਖਾਸ ਰਿਪੋਰਟ। ਗੋਲਡਨ ਜੁਬਲੀ ਸੇਵਾ ਸੁਸਾਇਟੀ ਪੰਥਕ ਕਾਰਜਾਂ 'ਚ ਵੱਧ ਚੜ੍ਹ ਕੇ ਪਿਛਲੇ 50 ਵਰ੍ਹਿਆਂ ਤੋਂ ਕੰਮ ਕਰ ਰਹੀ ਹੈ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਆਪਣੀ ਹੋਂਦ ਦੀ ਗੋਲਡਨ ਜੁਬਲੀ ਮਨਾ ਰਹੀ ਹੈ। ਇਸ ਸਿਲਸਿਲੇ ਵਿੱਚ ਅੰਮ੍ਰਿਤਸਰ ਵਿਖੇ SDPC ਦੇ ਸਹਿਯੋਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ 15 ਤੋਂ 18 ਸਤੰਬਰ ਤੱਕ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਨੇ। ਸੇਵਾ ਸੁਸਾਇਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਮੀਡੀਆ ਨੂੰ ਦੱਸਿਆ ਗਿਆ। ਸੇਵਾ ਸੁਸਾਇਟੀ ਦਾ ਦਾਅਵਾ ਹੈ ਕਿ ਵਿਸ਼ੇਸ਼ ਸਮਾਗਮਾਂ ਦੇ ਨਾਲ ਸੰਗਤ ਨੂੰ ਗੁਰੂ ਘਰ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਦੇ ਵਿੱਚ ਪੂਰੇ ਮੁਲਕ ਦੀ 300 ਤੋਂ ਵੱਧ ਧਾਰਮਿਕ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ। 50 ਸਾਲ ਸੰਪੂਰਨ ਹੋਣ ਦੇ ਸੰਬੰਧ ਵਿੱਚ ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 44ਵਾਂ ਸਰਬਹਿੰਦ ਸਲਾਨਾ ਸਮਾਗਮ 15-16 ਅਤੇ 17 ਸਤੰਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਜਾ ਰਿਹਾ ਹੈ। 15 ਅਤੇ 16 ਤਰੀਕ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਹਾਨ ਗੁਰਮਤਿ ਸਮਾਗਮ ਸਜਾਵਾਂਗੇ ਔਰ 17 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ 6 ਵਜੇ ਤੋਂ ਲੈ ਕੇ ਨਗਰ ਕੀਰਤਨ ਆਰੰਭ ਹੋਏਗਾ, ਜਿਸ ਦੇ ਵਿੱਚ ਹਿੰਦੁਸਤਾਨ ਦੀਆਂ ਤਕਰੀਬਨ 300 ਸੁਸਾਇਟੀਆਂ ਸ਼ਾਮਿਲ ਹੋਣਗੀਆਂ। ਸਾਰੀਆਂ ਸੁਸਾਇਟੀਆਂ, ਸਾਰੀਆਂ ਸੰਗਤਾਂ ਇੱਕ ਵਰਦੀ 'ਚ ਹੋਣਗੀਆਂ। ਸਾਡਾ ਮੇਨ ਮੰਤਵ ਇਹ ਸਾਰੇ ਸਮਾਗਮ ਮਨਾਉਣ ਦਾ ਇਹ ਹੈ ਕਿ ਅਸੀਂ ਕਹਿੰਦੇ ਹਾਂ ਕਿ ਜਿਹੜੀ ਸਾਡੀ ਸੰਗਤ ਆ ਰਹੀ ਹੈ ਇਹਦੇ ਨਾਲ ਹੋਰ ਪਨੀਰੀਆਂ ਜੁੜੀਆਂ ਨੇ, ਆਉਣ ਵਾਲੀ ਪਨੀਰੀ ਨਸ਼ਿਆਂ ਤੋਂ ਰਹਿਤ ਹੋਵੇ, ਪਤਿਤਪਣੇ ਤੋਂ ਰਹਿਤ ਹੋਵੇ। ਸਾਡਾ ਮੇਨ ਮਕਸਦ ਇਹੋ ਹੀ ਹੈ ਕਿ ਜਿੰਨੇ ਸਮਾਗਮ ਵੱਡਾ ਕਰੀਏ ਉਹਦੇ ਵਿੱਚ ਸਾਰੀਆਂ ਸੰਗਤਾਂ ਜੁੜ ਕੇ ਇਹ ਸਮਾਗਮ ਵਿੱਚ ਸ਼ਾਮਿਲ ਹੋਣ। ਇਸ ਦੇ ਵਿੱਚ ਅੰਮ੍ਰਿਤ ਸੰਚਾਰ ਵੀ ਕਰਾਇਆ ਜਾ ਰਿਹਾ ਹੈ ਤਾਂ ਜੋ ਸਾਰੇ ਗੁਰੂ ਘਰ ਨਾਲ ਜੁੜਨ, ਅੰਮ੍ਰਿਤ ਬਾਟੇ ਦਾ ਅੰਮ੍ਰਿਤ ਛਕਣ ਔਰ ਗੁਰੂ ਘਰ ਦੀਆਂ ਅਸੀਸਾਂ ਪ੍ਰਾਪਤ ਕਰਨ, ਇਹ ਸਾਡਾ ਮੰਤਵ ਹੈ ਜੀ। ਸੇਵਾ ਸੁਸਾਇਟੀ ਵੱਲੋਂ 3 ਦਿਨਾਂ ਦੇ ਗੁਰਮਤਿ ਸਮਾਗਮ ਕਰਾਏ ਜਾ ਰਹੇ ਨੇ ਅਤੇ 17 ਤਰੀਕ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਮੁੱਖ ਇਲਾਕਿਆਂ ਤੋਂ ਹੋ ਕੇ ਕੱਢਿਆ ਜਾਏਗਾ, ਜਿਸ ਵਿੱਚ ਸਾਰੀਆਂ 300 ਧਾਰਮਿਕ ਜਥੇਬੰਦੀਆਂ ਸ਼ਾਮਲ ਹੋਣਗੀਆਂ। ਇਸ ਦੇ ਨਾਲ ਨਾਲ ਪੂਰੇ ਸਮਾਜ ਨੂੰ ਧਾਰਮਿਕ ਭਾਈਚਾਰੇ ਦਾ ਸੰਦੇਸ਼ ਦਿੱਤਾ ਜਾਏਗਾ ਤੇ ਨਾਲ ਹੀ ਨਾਲ ਨੌਜਵਾਨਾਂ ਨੂੰ ਵੀ ਨਸ਼ੇ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਜਾਏਗੀ। 15 ਤਾਰੀਖ ਤੋਂ ਸ਼ੁਰੂ ਹੋ ਰਹੇ ਇਸ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਚੁੱਕੀਆਂ ਨੇ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਦੀ ਰਿਪੋਰਟ, MH1 ਨਿਊਜ਼।